ਡਾਕਟਰ ਨੇ ਯਕੀਨ ਦਵਾਇਆ ਸੀ ਕਿ ਬੁਖਾਰ ਨਹੀਂ ਹੋਊਗਾ, ਹੋ ਜੂਗੀ ਸੈੱਟ, ਕੋਈ ਚੱਕਰ ਨਹੀਂ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ। ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਫਿਰ, ਅਤੇ ਆ ਗਏ ਹਾਂ ਆਪਾਂ ਫਾਰਮ ਦੇ ਵਿੱਚ, ਅਤੇ ਸਫਾਈ ਸਫੂਈ ਆਪਾਂ ਕਰ ਗਏ ਸੀ, ਬਾਕੀ ਸਾਂਭ ਲਿਆ ਸੀ ਕੰਮ, ਪੱਠੇ ਪੁੱਠੇ ਪਾਉਣ ਵਾਲੇ ਰਹਿ ਗਏ ਆ, ਅਤੇ ਗਾਈ ਦਾ ਦਿਖਾਉਂਦੇ ਹਾਂ ਤੁਹਾਨੂੰ ਹਾਲ ਚਾਲ, ਅਤੇ ਕਰਦੇ ਹਾਂ ਪਹਿਲਾਂ ਬੁਖਾਰ ਚੈੱਕ ਅਤੇ ਕੀ ਹਾਲ ਆ ਉਹਦਾ, ਅਤੇ ਫਿਰ ਅੱਗੇ ਲਿਆਵਾਂਗੇ ਬਾਅਦ 'ਚ ਪੱਠੇ ਪੁੱਠੇ ਵੱਢ ਕੇ, ਅਤੇ ਪਹਿਲਾਂ ਕਰਦੇ ਹਾਂ ਬੁਖਾਰ ਚੈੱਕ, ਅਤੇ ਫਿਰ ਲਾਉਂਦੇ ਹਾਂ ਉਹਨੂੰ ਟੀਕੇ। ਥਰਮਾਮੀਟਰ ਲਾ ਤਾ ਆਪਾਂ, ਅਤੇ ਫਿਰ ਕਿੰਨਾ ਮਿੰਟਾਂ ਬਾਅਦ ਚੈੱਕ ਕਰ ਲਾਂਗੇ। ਅਤੇ ਬਾਕੀ 3 ਕੁ ਦਿਨ ਹੋ ਗਏ, ਗਰਮੀ ਵੀ ਬੜੀ ਪੈਣ ਡਈ ਆ, ਦਿਨੇ ਬਹੁਤ ਗਰਮੀ ਹੋ ਜਾਂਦੀ ਆ। ਬਾਕੀ ਆ ਵੀ ਚੱਲ ਗਾਈ ਨੂੰ ਇਹਨੂੰ ਛਾਂ ਰਹਿੰਦੀ ਆ, ਅਤੇ ਸ਼ੈੱਡ ਦਾ ਪਰਛਾਵਾਂ ਆ ਜਾਂਦਾ ਨਾਲ ਹੀ ਸ਼ੈੱਡ ਦੇ, ਅਤੇ ਗਰਮੀ ਨੇ ਤਾਂ ਵੱਟ ਕੱਢੇ ਪਏ, ਜਿੱਦਾਂ ਦੁਬਾਰਾ ਗਰਮੀਆਂ ਆ ਗਈਆਂ, ਅਤੇ ਕੋਈ ਕਾਰਨ ਦੱਸ ਸਕਦਾ ਤਾਂ ਦੱਸਿਓ ਵੀ ਕੀ ਕਾਰਨ ਗਰਮੀ ਕਿਉਂ ਇੰਨੀ ਵੱਧ ਗਈ ਆ। ਬਾਕੀ ਕਰਦੇ ਹਾਂ ਫਿਰ ਕਿੰਨਾ ਕੁ ਬੁਖਾਰ ਆ, ਤਾਂ ਬੁਖਾਰ ਕਰ ਲਿਆ ਚੈੱਕ, ਅਤੇ ਬੁਖਾਰ ਤਕਰੀਬਨ ਅਜੇ ਵੀ 102+ ਹੈਗਾ ਵਾ, ਅਤੇ ਬਾਕੀ ਕਰਦਾ ਡਾਕਟਰ ਨੂੰ ਫੋਨ, ਅਤੇ ਦੱਸਦਾ ਗਾਈ ਦਾ ਹਾਲ ਚਾਲ, ਵੀ ਫਿਰ ਆਪੇ ਦਊਗਾ ਸੁਜੈਸ਼ਨ ਕੀ ਕਰਨਾ ਚਾਹੀਦਾ, ਅਤੇ ਫਿਰ ਦੇਖਦੇ ਹਾਂ। ਇਹ ਹੋ ਗਈ ਡਾਕਟਰ ਦੇ ਨਾਲ ਗੱਲ ਮੇਰੀ, ਕਹਿੰਦਾ ਚੱਲ ਠੀਕ ਹੈ ਵੈਸੇ, ਕਿਉਂਕਿ ਰਾਤੀ ਬੁਖਾਰ ਬੜਾ ਸੀ, ਰਾਤੀ 106 ਬੁਖਾਰ ਸੀ, ਅਤੇ ਹੁਣ ਫਿਰ ਲੱਗਣਗੇ ਨਾੜ ਦੇ ਵਿੱਚ ਟੀਕੇ, ਰਾਤੀ ਵੀ ਨਾੜ 'ਚ ਹੀ ਲਾਏ ਸੀ, ਅਤੇ ਬਾਕੀ ਆਉਣ ਲੱਗਾ ਡਾਕਟਰ, ਤਾਂ ਫਿਰ ਟੀਕੇ ਲਾਉਂਦੇ ਹਾਂ। ਅਤੇ ਫਿਰ ਹੁਣ ਮੈਂ ਚੱਲਿਆ ਵੱਢਣ ਪੱਠੇ, ਅਤੇ ਫਿਰ ਵੱਢ ਕੇ, ਅਤੇ ਉੱਧਰੋਂ ਡਾਕਟਰ ਨੇ ਵੀ ਆ ਜਾਣਾ, ਅਤੇ ਫਿਰ ਦੇਖਦੇ ਹਾਂ ਉਹਨੇ ਟੀਕੇ ਟਾ ਕੇ, ਅਤੇ ਫਿਰ ਪਹਿਲਾਂ ਵੱਢੀਏ ਪੱਠੇ, ਫਿਰ ਮਿਲਦੇ ਆ ਤੁਹਾਨੂੰ ਫਿਰ ਪੱਠੇ ਵੱਢ ਕੇ। ਵਧੀਆ ਜੀ, ਆਹ ਡਿਆ ਫੱਟੇ ਪੁੱਠੇ ਜਿਹੇ ਵੱਢਣ, ਆਹੋ ਵੀ ਉਹ ਜੇ ਠੀਕ ਠਾਕ ਹੋਇਆ ਫਿਰ ਤਾਂ ਨਹੀਂ ਹੋਣਾ ਨਾ। ਗਲੂਕੋਸ ਵਗੈਰਾ ਚੜਾਤਾ ਵਾ, ਤੇ ਜਿੰਨੇ ਵੀ ਟੀਕੇ ਟੂਕੇ ਸਾਰੇ ਲਾਤੇ ਆ, ਨਿਊਰੋਕੈਨ, ਟੋਨੋਫਾਸ, ਅਤੇ ਟ੍ਰਿਬੀਵੈਟ, ਅਤੇ ਬਾਕੀ 1-2 ਹੋਰ ਜਿਹੜੇ ਡਾਕਟਰ ਨੇ ਆਪਣੇ ਕੋਲੋਂ ਲਾਏ ਆ। ਅਤੇ ਬੁਖਾਰ ਸ਼ਾਮਾਂ ਤੱਕ ਜੇ ਨਾ ਉਤਰਿਆ, ਹੁਣ ਤਾਂ ਚਲੋ ਠੀਕ ਹੈ, ਜੇ ਬਾਈ ਚਾਂਸ ਜੇ ਨਾ ਚੜਿਆ ਤਾਂ ਫਿਰ ਓਕੇ ਆ, ਅਤੇ ਜੇ ਚੜਿਆ ਤਾਂ ਫਿਰ ਹੋ ਸਕਦਾ ਵੀ ਡਾਕਟਰ ਕਹਿੰਦਾ ਵੀ ਬੱਚਾ ਡੈੱਡ ਹੋ ਗਿਆ ਹੋਵੇ, ਉਹਦੇ ਕਰਕੇ ਇਨਫੈਕਸ਼ਨ ਫੈਲੀ ਹੋਵੇ। ਅਤੇ ਬਾਕੀ ਇਹ ਵੀ ਚੱਕਰ ਹੈਗਾ ਵੀ ਵਾਸ਼ਨਾ ਵੀ ਆ ਸਕਦੀ ਹੈ, ਪਰ ਸਮੈਲ ਸਮੁੱਲ ਕੋਈ ਆਉਂਦੀ ਨਹੀਂ ਆ ਵੀ ਕੋਈ ਉਹੋ ਜਿਹੀ। ਅਤੇ ਫਿਰ ਦੇਖਦੇ ਹਾਂ ਫਿਰ ਸ਼ਾਮਾਂ ਨੂੰ ਕੀ ਬਣਦਾ, ਅਤੇ ਬੁਖਾਰ ਚੈੱਕ ਕਰਾਂਗੇ, ਹੁਣ ਦਾ ਤਾਂ ਇਲਾਜ ਹੋ ਗਿਆ ਓਕੇ। ਪੱਠੇ ਪੁੱਠੇ ਆਪਾਂ ਪਾਲੇ ਆ, ਅਤੇ ਗਾਈ ਦੀ ਅਪਡੇਟ ਦੇ ਤੀ ਆ ਤੁਹਾਨੂੰ, ਅਤੇ ਹੁਣ ਮੈਂ ਚੱਲ ਪਿਆ ਪਾਣੀ ਵੇਖਣ, ਅੱਗੇ ਲੱਗਾ ਸੀ ਸੂਏ ਦਾ, ਉਹ ਦੇਖ ਕੇ ਉਹਨੇ ਕਰ ਦਿੰਦੇ ਬੰਦ, ਨੱਕਾ ਕਰਤਾ ਆਪਾਂ ਬੰਦ। ਇਹ ਆਪਣੀ 1500 ਡੇਢ ਕਿੱਲਾ, ਇੱਧਰ ਵੀ 1500 ਹੀ ਆ, ਆਹ ਸੀ ਨੱਕਾ ਖੁੱਲ੍ਹਾ, ਅਤੇ ਇੱਕ ਦੂਸਰੇ ਬੰਨੇ ਸੀ, ਅਤੇ ਪਾਪਾ ਵੀ ਲੈ ਕੇ ਗਏ ਆ ਮੰਡੀ 1692 ਜਿਹੜੀ ਕੱਲ੍ਹ ਵਢਾਈ ਸੀ, ਅਤੇ ਉਹਦੀ ਵੀ ਤੁਹਾਨੂੰ ਦੇਵਾਂਗੇ ਫਿਰ ਅਪਡੇਟ ਕੀ ਬਣਿਆ ਅਤੇ ਕਿਵੇਂ ਨਿਕਲਿਆ ਰੇਟ, ਅਤੇ ਕੀ ਨਿਕਲਿਆ ਝਾੜ। ਝਾੜ ਦੇ ਵੈਸੇ ਮੰਦੇ ਹੀ ਚੱਲਣ ਡੇ ਆ, ਚਲੋ ਜਿੰਨਾ ਦਾਣਾ ਪਾਣੀ ਲਿਖਿਆ ਉਹਨੇ ਮਿਲਣਾ, ਨਾ ਵੱਧ ਨਾ ਘੱਟ। ਲਓ ਜੀ ਆ ਗਏ ਹਾਂ ਘਰ, ਘਰ 'ਤੇ ਨੱਕੇ ਨੁੱਕੇ ਸੈੱਟ ਕਰਾਂ ਬੰਦ ਜਾਣੀ ਕਿ, ਅਤੇ ਬਾਕੀ ਫੁੱਲ ਦਿਖਾਉਂਦਾ ਤੁਹਾਨੂੰ, ਫੁੱਲ ਦੀ ਅਪਡੇਟ ਵੇਖੋ, ਅੱਜ ਇੱਕੋ ਹੀ ਆ, ਆਹ 2 ਖਤਮ ਹੋ ਗਏ, ਅਤੇ ਇੱਧਰ ਆਪਣੀ ਤੁਲਸੀ ਆ,
ਤੇ ਇੱਧਰ ਪਤਾ ਨਹੀਂ ਕਾਹਦਾ ਬੂਟਾ ਇੱਕ ਹੋਰ ਆ ਤੇ ਇਹਨੂੰ ਵੇਖੋ ਕਿੱਡੇ ਸੋਹਣੇ ਲੱਗੇ ਆ ਤੇ ਇੱਧਰ ਇੱਕੋ ਗੁਲਾਬ ਆ ਉੱਤੇ ਵੀ ਬੈਠਾ ਕੁਝ ਤੇ ਆਹ ਖਤਮ ਆ ਇਹ ਹੁਣ ਨਵਾਂ ਆਊਗਾ ਦੁਬਾਰਾ ਆਪਾਂ ਇਹਦੇ ਵਿੱਚ ਸੁੱਟ ਦਿੰਦੇ ਹਾਂ ਅਤੇ ਫਿਰ ਮਿਲਦੇ ਹਾਂ ਬਾਕੀ ਤਿਆਰ ਹੋ ਕੇ ਅੱਜ ਜਾਣਾ ਸੀ ਭੋਗ 'ਤੇ ਅਤੇ ਓਕੇ ਮਿਲਦੇ ਹਾਂ ਫਿਰ ਦੁਬਾਰਾ ਲਓ ਜੀ ਭੋਗ ਤੋਂ ਮੈਂ ਹੋਇਆ ਸੀ ਅਤੇ ਮੀਂਹ ਦਾ ਰੁੱਖ ਜਿਹਾ ਹੁੰਦਾ ਫਿਰਦਾ ਅਤੇ ਜਿਹੜਾ ਕਿ ਲਾਇਕ ਡਿੱਗਾ ਸੀ ਅਤੇ ਮੇਰਾ ਤਾਂ ਉਹ ਵਢਾ ਲਈਏ ਅਤੇ ਮੈਂ ਚੱਲਿਆ ਹੁਣ ਮੰਡੀ ਟਰਾਲੀ ਲੈਣ ਹੋ ਗਈ ਆ ਵਿਹਲੀ ਲੈ ਕੇ ਉਹਨੇ ਬਾਕੀ ਝੋਨਾ ਵੀ ਤੁਹਾਨੂੰ ਦੱਸਦਾ ਦਿਖਾਉਣਾ ਜਿਹੜਾ ਡਿੱਗਾ ਪਰਨਾ ਆ ਅਤੇ ਦਿਖਾਉਣਾ ਤੁਹਾਨੂੰ ਆਹ ਜਿਹੜਾ ਕਿੱਲਾ ਬਿਲਕੁਲ ਵਿਛਿਆ ਪਿਆ ਅਤੇ ਜੇ ਮੀਂਹ ਆ ਗਿਆ ਤਾਂ ਇਹਦੇ ਪੱਲੇ ਕੁਝ ਨਹੀਂ ਰਹਿਣਾ ਅਤੇ ਇਸ ਕਰਕੇ ਹੁਣ ਇਹਨੂੰ ਵਢਾ ਲਈਏ ਸਮਝ ਹੀ ਨਹੀਂ ਲੱਗੀ ਕੁਝ ਤਰਪਾਲਾਂ ਤਰਪੂਲਾਂ ਤੇ ਪਾਈਆਂ ਬਾਕੀ ਤਰਪਾਲਾਂ ਪਈਆਂ ਚੈੱਕ ਕਰੋ ਮੰਡੀ ਤਰਪਾਲਾਂ ਪਾਈਆਂ ਸੀ ਲੋਕਾਂ ਨੇ ਪਰ ਮੀਂਹ ਨਹੀਂ ਆਇਆ ਉਹ ਦੂਜੇ ਬੰਨੇ ਪਿਆ ਇਹ ਆਪਣੀ ਢੇਰੀ ਆਪਣਾ ਰੇਟ ਲੱਗਾ 2460 ਰੁਪਏ ਅੱਜ ਦਾ ਰੇਟ 1692 ਦਾ ਬਾਪੂ ਵੀ ਲਿਆਇਆ ਪੱਲੀਆਂ ਵਧੀਏ ਚਲੋ ਆਪਾਂ ਲੱਦਦੇ ਹਾਂ ਫੱਕ ਲੱਗੇ ਸੀ ਲੱਦਣ ਫੱਕ ਅਤੇ ਆਹ ਥੱਲਿਓ ਨਿਰੇ ਦਾਣੇ ਨਿਕਲੇ ਆ ਪੂਰੀ ਫੱਕ ਦੇ ਵਿੱਚ ਹੀ ਦਾਣੇ ਰਲਾ ਤੇ ਸਾਰੇ ਲੈ ਕੇ ਟਰਾਲੀ 'ਤੇ ਤੁਰ ਪਏ ਆਪਾਂ ਫਿਰ ਜਾਮ 'ਤੇ ਜਾਮ ਮਿਲਦਾ ਫਿਰ ਮੰਡੀ ਦੇ ਵਿੱਚ ਪਹੁੰਚ ਗਏ ਹਾਂ ਘਰ ਅਤੇ ਥੋੜ੍ਹਾ ਜਿਹਾ ਮੰਮੀ ਢਿੱਲਾ ਪੈ ਗਿਆ ਫੋਨ ਨਹੀਂ ਹੈ ਇੱਕ ਵਜੇ ਨਾਲ ਇਹਦਾ ਇਸ ਕਰਕੇ ਹੁਣ ਫੋਨ ਆ ਗਿਆ ਡਾਇਰੈਕਟ ਪੈਲੀ 'ਚ ਆਣ ਕੇ ਕੀਤਾ ਫੋਨ ਉਹਨਾਂ ਨੇ ਲਾਉਂਦੇ ਹਾਂ ਫੱਕ ਜੀ ਚੱਲ ਲੱਗ ਜਾਓ ਉਹ ਬਾਕੀ ਆ ਤੱਪੜ ਦੇ ਵਿੱਚ ਹੀ ਆ ਕੰਬਾਈਨ ਡੈਪੀ ਆ ਵੱਢਣ 15 ਮਿੰਟ ਹੋ ਗਏ ਹੁਣ ਤਕਰੀਬਨ ਅਤੇ ਆਪਣੇ ਕੋਲ ਆ ਬਰੱਸ਼ ਇਹਦੇ ਨਾਲ ਹੁਣ ਲਾਵਾਂਗੇ ਫੱਕ ਇਹਦੇ ਨਾਲ ਝੱਟ ਹੀ ਲੱਥ ਜਾਂਦਾ ਪਤਾ ਹੀ ਹੈ ਤੁਹਾਨੂੰ ਬਰੱਸ਼ ਦਾ ਇਹਦਾ ਇੰਨਾ ਹੀ ਪੱਠੇ ਪਾਈਦੇ ਆਪਾਂ ਆ ਮਗਰਲਾ ਤੱਪੜ ਅਤੇ ਪੈਪ ਰਹਿਣ ਦੇਣੇ ਇੱਥੇ ਹੀ ਲੋੜ ਪਊਗੀ ਤਾਂ ਲੈ ਜਾਵਾਂਗੇ ਕਿਉਂਕਿ ਕਿੱਲਾ ਇੱਕੋ ਹੀ ਆ ਅਤੇ ਦੇਖਦੇ ਹਾਂ ਫਿਰ ਅਤੇ ਲੋੜ ਪਿਆ ਜੇ ਵਧੀਆ ਗੱਲ ਆ ਫੋਨ ਆ ਗਿਆ ਕੰਬਾਈਨ ਵਾਲੇ ਦਾ ਵੀ ਡਿੱਗੀ ਭਰ ਗਈ ਆ ਤੁਸੀਂ ਆ ਜਾ ਲੈ ਕੇ ਹੋ ਜਾ ਬੈਠ ਚਲੋ ਜੀ ਪਾਣੀ ਆਪਾਂ ਚੱਕ ਲਿਆ ਡਿੱਗੀ ਦੇ ਵਿੱਚ
ਲਾਈਨ ਖਲੋਤੀ ਪਈ ਆ। ਕੰਬਾਈਨ ਆ ਗਈ ਆ, ਤੱਪੜ ਖੋਲਣ ਵਾਲੇ ਪਏ ਸੀ ਆਪਣੇ। ਇਹ ਖਲੋਤੀ ਆਪਣੀ ਡਿੱਗੀ ਭਰਨ ਵਾਸਤੇ। ਆ ਝੋਨਾ ਚੈੱਕ ਕਰੋ ਚੰਗੀ ਤਰ੍ਹਾਂ ਕਿੱਦਾਂ ਵਿਛਿਆ ਪਿਆ। ਜੇ ਮੀਂਹ ਆ ਜਾਂਦਾ ਉੱਪਰ ਇਹਦੇ, ਇਹਦਾ ਕੰਮ ਗਿਆ ਸੀ। ਇਹ ਨਹੀਂ ਮਿਲਦਾ ਸਾਨੂੰ ਬਾਅਦ 'ਚ। ਚਲੋ ਹੁਣ ਫਿਰ ਵੀ ਟਾਈਮ ਨਾਲ ਚੱਕ ਲਾ, ਚੱਕ ਲਿਆ ਪਰ ਮੰਡੀਆਂ 'ਚ ਰੇਟ ਹੈ ਨਹੀਂ ਇਹਦਾ ਵੀ। ਇਹਨੂੰ ਹੁਣ ਘਰ ਰੱਖ ਲਾਂਗੇ, ਫਿਰ ਦੇਖਦੇ ਹਾਂ ਚਲੋ ਕੀ ਬਣਦਾ। ਘਰ ਰੱਖਦੇ ਜਾਂ ਕਿੱਦਾਂ, ਫਿਰ ਗਾਂ ਦੀ ਗਾਂ ਵੇਖੀ ਜਾਊਗੀ। ਥੱਲੇ ਡਿੱਗ ਪਿਆ ਸਾਰਾ ਹੀ। ਆਹ ਵੇਖੋ, ਬੰਦਾ ਚੁੱਕ ਵੀ ਨਹੀਂ ਸਕਦਾ ਇਹਨੂੰ। ਅਸੀਂ ਇਹਨੂੰ ਚੁੱਕਾਂਗੇ। ਕੰਬਾਈਨ ਵਾਲੇ ਦਾ ਮੋਟਰਸਾਈਕਲ ਲਿਆ ਕੇ ਅਤੇ ਫਿਰ ਮੈਂ ਦਾਤੀ ਲੈਣ ਆਇਆ। ਮੈਨੂੰ ਦਾਤੀ ਦਾ ਲਿਆਉਣ ਦਾ ਚੇਤਾ ਭੁੱਲ ਗਿਆ ਸੀ, ਅਤੇ ਝੋਨਾ ਤਾਂ ਐਂ ਜਦੋਂ ਧਰਤੀ 'ਚ ਹੀ ਵੜ ਗਿਆ ਹੁੰਦਾ। ਉਹਦੇ ਪਲੇਟ 'ਚ ਵੀ ਨਹੀਂ ਚੁੱਕਣ ਡੇ ਭੇਜੇ ਜਿਹੜੇ ਹੁੰਦੇ ਉਹਦੇ ਝੋਨਾ। ਬੇਸ਼ੱਕ ਡਿੱਗਾ ਸੀ, ਬਹੁਤ ਮੰਦਾ ਹਾਲ ਹੋਇਆ ਝੋਨੇ ਦਾ, ਸਾਰਾ ਹੀ ਥੱਲੇ। ਪਰ ਫਿਰ ਵੀ ਚਲੋ ਦੂਜੀ ਡਿੱਗੀ ਪਾ ਦੇ ਲੱਗਾ ਜੇ ਰਹਿੰਦਾ ਵਿੱਚ, ਮਾੜੀ ਮੋਟੀ ਚਲੋ ਕਿਰਪਾ ਹੋ ਜੂਗੀ ਬਾਬੇ ਦੀ। ਆਹ ਵੇਖੋ, ਆਹ ਸਾਰਾ ਥੱਲੇ ਡਿੱਗਾ ਪਿਆ, ਬਹੁਤ ਜ਼ਿਆਦਾ ਡਿੱਗਾ। ਆਹ ਵੇਖੋ, ਅਤੇ ਅਜੇ ਪਿਆ ਵਿੱਚ। ਚਲੋ ਕੋਈ ਨਹੀਂ, ਵੇਖੋ ਕੀ ਬਣਦਾ, ਰੱਬ ਰਾਖਾ। ਹੈਲੋ, ਇੱਧਰ ਨੂੰ ਵੱਡੇ ਆ। ਬਹੁਤ ਜ਼ੋਰ ਕਰਵਾਇਆ ਡਿੱਗੇ ਝੋਨੇ ਨੇ, ਕਿਤੇ ਕੋਈ ਡਿੱਗਾ ਕਿਤੇ। ਬਾਕੀ ਆ ਵੀ ਚਲੋ ਫਿਰ ਵੀ ਠੀਕ ਆ, ਜੇ ਮੀਂਹ ਪੈ ਜਾਂਦਾ ਫਿਰ ਔਖਾ ਹੋ ਜਾਣਾ ਸੀ, ਇੱਥੋਂ ਨਹੀਂ ਲੱਭਣਾ ਕੁਝ ਵੀ। ਚਲੋ ਜੋ ਵੀ ਆ, ਓਕੇ ਆ ਸਭ, ਚੜ੍ਹਦੀ ਕਲਾ ਦਾ। ਫਾਰਮ ਦੇ ਵਿੱਚ ਪੱਠੇ ਪੁੱਠੇ ਪਾ ਤੇ ਸੀ ਆਪਾਂ, ਝੋਨਾ ਝਾਨਾ ਵਢਾ ਕੇ ਰਾਲੀ ਬੂੜੀ ਪਾਈ ਆ। ਅਤੇ ਹੁਣ ਕਰਦੇ ਹਾਂ ਗਾਈ ਦਾ ਬੁਖਾਰ ਚੈੱਕ। ਵੈਸੇ ਤਾਂ ਮੈਨੂੰ ਠੀਕ ਲੱਗਦੀ ਆ, ਬਾਕੀ ਦੇਖਦੇ ਹਾਂ। ਪਤਾ ਨਹੀਂ ਗਰਮੀ ਇੰਨੀ ਕਿੱਥੋਂ ਆ ਗਈ ਆ, ਬਹੁਤ ਮੱਤ ਵੱਜੀ ਅੱਜ। ਅਤੇ ਕਰਦੇ ਹਾਂ ਬੁਖਾਰ ਚੈੱਕ, ਫਿਰ ਦੇਖਦੇ ਹਾਂ ਕਿੰਨਾ ਵਾ ਟੈਂਪਰੇਚਰ। ਮਾੜਾ ਟੈਂ ਥਰਮਾਮੀਟਰ ਨੂੰ ਠੰਡਾ ਕਰ ਲਈਏ। ਥਰਮਾਮੀਟਰ ਵੀ ਦੇ ਪਾਰੇ ਹਾਈ ਹੋਏ ਹੁੰਦੇ ਆ, ਬਾਬਾ ਕਿਰਪਾ ਕਰੇ ਠੀਕ ਹੀ ਹੋਵੇ ਹੁਣ ਟੈਂਪਰੇਚਰ। ਬਹੁਤ ਤੱਕਿਆ, ਬਹੁਤ ਖਰਚਾ ਹੋਣ ਡਿਆ ਗਾਈ 'ਤੇ ਵੀ। ਡਾਕਟਰ ਨੇ ਯਕੀਨ ਦਵਾਇਆ ਸੀ ਕਿ ਬੁਖਾਰ ਨਹੀਂ ਹੋਊਗਾ, ਹੋ ਜੂਗੀ ਸੈੱਟ, ਕੋਈ ਚੱਕਰ ਨਹੀਂ ਆ। ਪਰ ਤੁਹਾਨੂੰ ਯਕੀਨ ਨਹੀਂ ਆਉਣਾ, ਬੁਖਾਰ ਇਹਦਾ ਹੁਣ ਇਸ ਟਾਈਮ 'ਤੇ 106+ ਆ, ਯਾਨੀ ਕਿ 107 ਆ ਮੰਨ ਕੇ ਚੱਲੋ।
107.85 ਆ, ਇੰਨਾ ਬੁਖਾਰ ਆ ਇਸ ਟਾਈਮ 'ਤੇ ਕਈ ਨੂੰ, ਪਤਾ ਨਹੀਂ ਕੀ ਚੱਕਰ ਹੋ ਗਿਆ। ਬਾਕੀ ਇਹ ਆ ਵੀ ਸਵੇਰੇ ਹੁਣ ਇਹੋ ਹੀ ਆ ਵੀ ਕਦੇ ਬੱਚਾ ਚੈੱਕ ਕਰਾਂਗੇ, ਬੱਚਾ ਸਹੀ ਸਲਾਮਤ ਹੈ ਕਿ ਨਹੀਂ, ਪਰ ਬੱਚਾ ਓਕੇ ਲੱਗਦਾ, ਪਤਾ ਨਹੀਂ। ਫਿਰ ਖੂਨ ਟੈਸਟ ਹੀ ਕਰਾਵਾਂਗੇ, ਫਿਰ ਵੇਖ ਕੇ ਸੈਂਪਲ ਚੈੱਕ ਕਰਦੇ ਆ, ਅਤੇ ਖੂਨ ਟੈਸਟ ਕਰਵਾ ਕੇ ਅਤੇ ਫਿਰ ਹੀ ਪਤਾ ਲੱਗਣਾ ਇਹਦੀ ਬਿਮਾਰੀ ਦਾ ਚੱਕਰ ਇਹਦਾ ਹੋਇਆ ਕੀ ਆ, ਜਿਹੜਾ ਇਹਦਾ ਬੁਖਾਰ ਨਹੀਂ ਟੁੱਟਦਾ। ਇੰਨੇ ਇਹਨੂੰ ਗਲੂਕੋਜ਼ ਅਤੇ ਇੰਨੀਆਂ ਇਹਨੂੰ ਦਵਾਈਆਂ ਚਾੜਤੀਆਂ ਹੁਣ ਤੱਕ, ਇਹਨੂੰ ਕਰਦਾ ਫੋਨ ਡਾਕਟਰ ਨੂੰ ਫਿਰ ਦੁਬਾਰਾ। ਹੋ ਗਈ ਗੱਲ ਡਾਕਟਰ ਦੇ ਨਾਲ ਮੇਰੀ, ਅਤੇ ਡਾਕਟਰ ਨੇ ਟੀਕਾ ਦੱਸਿਆ ਇੱਕ ਬੈਰੀਨਲ, ਕਿ ਯਾਨੀ ਕਿ ਜੇ ਕੋਈ ਪ੍ਰੋਬਲਮ ਹੋਊਗੀ ਬੱਚੇ ਦੀ ਤਾਂ ਬੱਚਾ ਜੇ ਡੈੱਡ ਹੋਊਗਾ ਬਾਹਰ ਆ ਜੂਗਾ, ਅਤੇ ਜੇ ਸਹੀ ਹੋਊਗਾ ਫਿਰ ਓਕੇ ਨੋਰਮਲ ਰਹਿਣਾ, ਅਤੇ ਫਿਰ ਲੈ ਕੇ ਆਉਂਦੇ ਹਾਂ ਬੈਰੀਨਲ ਟੀਕਾ। ਅਤੇ ਬਾਕੀ ਫਿਰ ਅੱਜ ਦੇ ਵਲੋਗ ਦਾ ਕਰਦੇ ਹਾਂ ਇੱਥੇ ਹੀ ਐਂਡ, ਅਤੇ ਫਿਰ ਮਿਲਾਂਗੇ ਕੱਲ੍ਹ ਨੂੰ, ਦੱਸਾਂਗੇ ਅਪਡੇਟ ਗਾਈਂ ਦਾ ਕਿਵੇਂ ਆ, ਕੀ ਚੱਕਰ ਆ। ਬਾਕੀ ਚਲੋ ਬਣੇ ਰਿਹੋ ਅਤੇ ਆਪਣਾ ਠੀਕ ਹੈ, ਓਕੇ ਮਿਲਦੇ ਹਾਂ।